ਭਾਜੀ ਏਸੀ ਚਲਾਇਆ ਆ, ਇਹ ਮਹੀਨਾ ਜਨਵਰੀ ਦਾ ਚੱਲਦਾ ਆ ਤੇ 10 ਦਿਨ ਹੋ ਗਏ ਉਹ ਚੜੀ ਨਹੀਂ ਧੁੱਪ, ਤੁਸੀਂ ਏਸੀ ਚਲਾਇਆ ਯਾਰ। ਐਂਟਰੈਂਸ ਕਰਦੇ ਹੀ ਆਪਾਂ ਆਹ ਵਾਲਾ ਸੋਫਾ ਦੇਖੋ ਕਿੰਨਾ ਸੋਹਣਾ, ਇੱਥੇ ਆਪਾਂ ਬਹਿ ਗਏ ਹਾਂ ਅਤੇ ਬਾਈ ਖਾਣੇ ਸਾਨੂੰ ਆਹ ਦੇ ਦਿੰਦਾ ਟਾਈਮਰ, ਕਹਿੰਦਾ ਇਹਨੂੰ 5 ਵਾਰੀ ਘੁਮਾਓ ਅਤੇ ਤੁਹਾਡਾ ਪੀਜ਼ਾ ਆ ਜੂਗਾ, ਪੀਜ਼ਾ ਨਾ ਆਇਆ ਤਾਂ ਫ੍ਰੀ। ਪਿੱਛੇ ਦੇਖੋ ਜੀ ਬਲੂ ਕਲਰ ਦੀ ਲਾਈਨ ਕਿੰਨੀ ਸੋਹਣੀ ਲੱਗ ਰਹੀ ਅੱਜ, ਵਾਹ ਆ ਗਿਆ ਸਾਡਾ ਪੀਜ਼ਾ, ਵਾਹ ਜੀ ਵਾਹ ਭਾਈ ਦੇਖਣ ਨੂੰ ਤਾਂ ਬਾਲਾ ਹੀ ਕਹਿਣਾ ਨੇ ਬਣਵਾਇਆ ਹੋਇਆ ਟੇਸਟ ਆਫ ਐਡਵੈਂਚਰ, ਉੱਦਾਂ ਮਾਰਸ਼ਲ ਦਾ ਆਉਂਦਾ ਆ, ਮਾਰਸ਼ਲ ਕਾਫੀ ਐਕਸਪੈਂਸਿਵ, ਮਾਰਸ਼ਲ ਤੇ ਡੈਸੀਵੁੱਡ ਦੋ ਕੰਪਨੀਆਂ। ਅੱਛਾ ਅੱਛਾ ਉਹ ਇੰਨੇ ਪੈਸੇ ਲੈ ਬਈ, ਆਪਣਾ ਹੁਣ ਇੰਗਲੈਂਡ ਦਾ ਟ੍ਰਿਪ ਹੋਣਾ ਗਾ ਸ਼ੁਰੂ, ਡਿਪੌਂਡ ਆਪਾਂ ਲੈ ਲਏ ਆ ਅਤੇ ਬਣੇ ਰਹੋ ਐਂਡ ਤੱਕ ਵੀਡੀਓ ਦੇ। ਲੋ ਜੀ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਟੇਸਟ ਆਫ ਐਡਵੈਂਚਰ ਦਾ, ਫੂਡ ਕੁਆਲਿਟੀ ਅਮੇਜ਼ਿੰਗ ਅਤੇ ਬਾਈ ਉਹਨਾਂ ਨੇ ਸਾਨੂੰ। ਹੋਰ ਸੁਣਾਓ ਕਿੱਦਾਂ ਬਾਦ ਸਾਹਿਬ? ਬਹੁਤ ਵਧੀਆ, ਕਿਵੇਂ ਚੱਲੀ ਜਾਂਦੀ ਜ਼ਿੰਦਗੀ? ਜ਼ਿੰਦਗੀ ਵਧੀਆ ਚੱਲ ਰਹੀ ਆ। ਚਲੋ ਜੀ ਮੁੰਡੇ ਦੀ ਜ਼ਿੰਦਗੀ ਵਧੀਆ ਚੱਲੀ ਜਾਂਦੀ ਹੈ। ਆਇਆ ਸੀਗਾ ਇੱਕ ਕੰਮ, ਮੈਂ ਕਿਹਾ ਚਲ ਆਓ ਤੁਹਾਨੂੰ ਪੀਜ਼ਾ ਖਵਾ ਕੇ ਲਿਆਉਂਦੇ ਹਾਂ ਟੇਸਟ ਆਫ ਐਡਵੈਂਚਰ ਤੋਂ। ਇਹ ਬਾਈ ਆਪਣਾ ਮਿੱਤਰ ਆ, ਟੇਸਟ ਆਫ ਐਡਵੈਂਚਰ ਨਾ ਔਖਾ ਜਿਹਾ ਰੱਖਿਆ ਉਹਦਾ, ਅਤੇ ਬਾਈ ਨਾਲ ਬਹੁਤ ਪ੍ਰੇਮ ਆ, ਬਹੁਤ ਵਾਰੀ ਆਇਆ ਦੁਕਾਨ 'ਤੇ ਕਹਿਣ ਕਿ ਤੁਸੀਂ ਆਇਓ, ਅਤੇ ਅੱਜ ਅਸੀਂ ਬੈਠੇ ਬੈਠੇ ਲੱਗੀ ਭੁੱਖ, ਟਾਈਮ ਘੜੀ ਲਾਈ ਨਹੀਂ, ਅੱਜ ਕਿੰਨਾ ਹੋ ਗਿਆ ਮੇਰੇ ਨਾਲ 4 ਵੱਜ ਗਏ। ਚਲੋ ਅੱਜ ਬਾਈ ਹੁਣ ਆਪਾਂ ਖਾਵਾਂਗੇ ਪੀਜ਼ਾ, ਬੜਾ ਘੈਂਟ ਕਹਿੰਦੇ ਇਹਨਾਂ ਦਾ ਫੂਡ ਆ, ਅਤੇ ਦੇਖਦੇ ਹਾਂ ਕਿਹੋ ਜਿਹਾ ਹਿਸਾਬ ਤਾ ਵਾ, ਆਓ ਅੰਦਰ ਚੱਲਦੇ ਹਾਂ। ਬੋਰਡ ਤਾਂ ਬਾਈ ਨੇ ਬਹੁਤ ਘੈਂਟ ਲਾਇਆ, ਇੱਧਰ ਹੈਗਾ ਪਿਆ ਵੀ ਆਹ ਕੀ ਆ ਵੀ ਸਿਗਾਰ ਰੋਲ ਖਾਧੇ ਮੈਂ ਇਹ ਬਣੇ, ਚਲੋ ਦੇਖ ਲਓ ਜੇ ਖਾਣਾ ਤਾਂ। ਅੱਛਾ ਅੱਜ ਦਾ ਸਪੈਸ਼ਲ ਹੈ ਇਹਨਾਂ ਤੋਂ, ਤਾਜ਼ਾ ਬਣਿਆ ਜਾਣ ਕੇ ਕੰਮ ਇਹ। ਐਂਟਰੈਂਸ ਬੜੀ, ਆਹ ਦੇਖੋ ਜੀ ਆਹ ਭਾਜੀ ਸਾਡੇ ਆ ਗਏ ਆ, ਆਪਾਂ ਇਹਨਾਂ ਦਾ ਜ਼ਿਕਰ ਕਰਦੇ ਸੀ ਹੁਣੇ, ਅਤੇ ਇਹ ਹੈ ਜੀ ਓਨਰ ਟੇਸਟ ਆਫ ਐਡਵੈਂਚਰ ਬਾਈ। ਕੀ ਹਾਲ ਚਾਲ? ਮੈਂ ਮੁੰਡਾ ਸਾਡਾ ਨਿਊਜ਼ੀਲੈਂਡ ਤੋਂ ਆਇਆ ਸੀਗਾ, ਮੈਂ ਕਿਹਾ ਕਹਿੰਦੇ ਪੀਜ਼ਾ ਖਾਣਾ, ਮੈਂ ਕਿਹਾ ਅੱਜ ਬਾਈ ਕੋਲ ਚੱਲਦੇ ਹਾਂ ਆਪਾਂ। ਲਓ ਜੀ ਬਾਈ ਹੁਣਾਂ ਨੇ ਦੇਖੋ ਸੋਫਾ ਕਿੱਡਾ ਘੈਂਟ ਲਾਇਆ ਪਹਿਲੇ ਨੰਬਰ 'ਤੇ, ਕਿਉਂਕਿ ਆਹ ਚੈੱਕ ਕਰ ਲਏ ਵੈਜ 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 ਟੋਟਲ ਵੈਜ, ਵਾਹ ਵੀ ਵਾਹ ਭਾਜੀ ਆਹ ਬਹੁਤ ਵਧੀਆ ਲੱਗਾ ਤੁਹਾਡਾ ਐਂਟਰੈਂਸ, ਬਹੁਤ ਬੜੀ ਜ਼ਬਰਦਸਤ ਬਣਾਈ ਹੈ ਬਾਈ ਹੁਣਾਂ ਨੇ। ਯਾਰ ਆਹ ਇੱਕ ਨੰਬਰ ਆ ਜਿਹੜਾ ਟ੍ਰੀ ਲਾਇਆ ਨਾ, ਇਹ ਬਾਹਰੋਂ ਦੇਖਣ ਨੂੰ ਬਹੁਤ ਘੈਂਟ ਲੱਗਦਾ, ਅੰਦਰ ਆ ਕੇ ਹੋਰ ਵੀ ਸੋਹਣਾ ਲੱਗਦਾ। ਇੱਥੇ ਮੋਕਟੇਲ ਬਣਦੇ ਆ ਭਾਜੀ, ਏਸੀ ਚਲਾਇਆ ਆ, ਇਹ ਮਹੀਨਾ ਜਨਵਰੀ ਦਾ ਚੱਲਦਾ ਆ ਅਤੇ 10 ਦਿਨ ਹੋ ਗਏ ਉਹ ਚੜੀ ਨਹੀਂ ਧੁੱਪ, ਤੁਸੀਂ ਏਸੀ ਚਲਾਇਆ ਯਾਰ। ਚਲੋ ਜੀ ਇਹੋ ਜਿਹੀ ਗੱਲਬਾਤ ਆ ਬਾਈ ਦੇ ਰੈਸਟੋਰੈਂਟ ਦੀ, ਅਤੇ ਬਹੁਤ ਸੋਹਣਾ ਆ, JBL ਦਾ ਦੇਖੋ ਸਾਊਂਡ ਲਾਇਆ ਇਹਨਾਂ ਨੇ। ਕਿੱਥੇ ਬੈਠਣਾ? ਵਟਸਐਪ ਹੈ, ਚਲੋ ਆਓ ਜੀ ਦਿਓ ਔਡਰ ਫਿਰ ਮੁੰਡੇ ਨੂੰ। ਦੇਖੋ ਵਟਸਐਪ ਕੀ ਪਸੰਦ ਆਇਆ ਤੁਹਾਨੂੰ, ਫਿਰ ਪੀਜ਼ਾ ਖਾਣ ਦੀ ਇੱਛਾ? ਮੈਂ ਤਾਂ ਪੀਜ਼ਾ ਪੈਰੀ ਪੈਰੀ, ਪੀਜ਼ਾ ਪੈਰੀ ਪੈਰੀ ਲਵਾ ਲਓ ਜੀ। ਅਤੇ ਕੀ ਐਕਸਪੈਕਟ ਕਰਦੇ ਇਹਨਾਂ ਤੋਂ? ਆਪਣਾ ਮਾਹੌਲ ਦੇ ਹਿਸਾਬ ਨਾਲ ਪੀਜ਼ਾ ਬਹੁਤ ਘੈਂਟ ਹੋਣਾ ਚਾਹੀਦਾ, ਘੈਂਟ ਪੀਜ਼ਾ ਕਹਿੰਦੇ ਜੀ ਬਹੁਤ ਵਧੀਆ ਹੋਣਾ, ਅਤੇ ਬਾਈ ਹੁਣਾਂ ਦੇ ਪੀਜ਼ਾ ਕਹਿੰਦੇ ਬਹੁਤ ਵਧੀਆ ਇਹਨਾਂ ਦੇ ਵੈਸੇ, ਅਤੇ ਸ਼ੈਫ ਸ਼ੁਫ ਬੜੇ ਵਧੀਆ ਕਹਿੰਦੇ ਉਹਨੇ ਸੱਦੇ ਆ, ਅਤੇ ਮੈਨਿਊ ਬੜਾ ਵਧੀਆ ਬਣਾਇਆ। ਪੈਰੀ ਪੈਰੀ ਪੀਜ਼ਾ ਪੈਰੀ ਪੈਰੀ ਲਵਾਓ ਜੀ, ਫਿਰ ਪੈਰੀ ਪੈਰੀ ਪੀਜ਼ਾ ਇੱਕ। ਭਾਅ ਜੀ ਇਹ ਜਿੱਦਾਂ ਦੀ ਫੋਟੋ ਬਣੀ ਹੈ ਇੱਦਾਂ ਦੀ ਗਾਰਲਿਕ ਬ੍ਰੈਡ ਬਣਾਉਂਦੇ ਕਿ ਨਹੀਂ? ਗਾਰਲਿਕ ਬ੍ਰੈਡ ਬਣਾਉਂਦੇ ਭਾਅ ਜੀ, ਇਹ ਨੋਰਮਲ ਜਿੱਦਾਂ ਦੀ ਰੈਸਟੋਰੈਂਟ ਦੀ ਮਿਲਦੀ ਨਹੀਂ, ਇੱਦਾਂ ਹੀ ਆਉਂਦੀ ਹੈ। ਇਹ ਟੱਕ ਆਊਗੀ ਨਾ? ਇਹ ਘੈਂਟ ਜੀ ਬਣਾਓ ਫਿਰ ਜਰਾ। ਗਾਰਲਿਕ ਚੀਜ਼ ਬ੍ਰੈਡ, ਗਾਰਲਿਕ ਚੀਜ਼ ਬ੍ਰੈਡ ਹੈ? ਹਾਂ ਗਾਰਲਿਕ ਚੀਜ਼ ਬ੍ਰੈਡ ਕਰ ਦਿਓ, ਇਹ ਕਰ ਦਿਓ ਭਾਅ ਜੀ ਕੁਛ। ਇਹੋ ਜੀ ਗੱਲਬਾਤ ਹੈ ਜੀ ਇਹਨਾਂ ਦੀ, ਅਤੇ ਆਉਂਦਾ ਔਡਰ ਫਿਰ ਦਿਖਾਉਂਦੇ ਹਾਂ, ਫਿਰ ਖਾਂਦੇ ਹਾਂ। ਇਹਨਾਂ ਨੇ ਬਣਵਾਇਆ ਹੋਇਆ ਟੇਸਟ ਆਫ ਐਡਵੈਂਚਰ, ਉੱਦਾਂ ਮਾਰਸ਼ਲ ਦਾ ਆਉਂਦਾ ਆ, ਮਾਰਸ਼ਲ ਕਾਫੀ ਐਕਸਪੈਂਸਿਵ, ਮਾਰਸ਼ਲ ਤੇ ਡੈਸੀਵੁੱਡ ਦੋ ਕੰਪਨੀਆਂ। ਅੱਛਾ ਅੱਛਾ ਵੀ ਘੈਂਟ ਗੱਲਬਾਤ ਆ ਵੀ, ਮੁੰਡਾ ਬਹੁਤ ਸ਼ੌਕੀਨ ਆ ਯਾਰ, ਤੁਹਾਨੂੰ ਦੱਸਿਆ ਮੈਂ ਮੇਡ ਇਨ ਅਮਰੀਕਾ ਹੀ ਆ ਉਹ ਵੀ ਉੱਦਾਂ।
ਇੱਦਾਂ ਦੀ ਗੱਲਬਾਤ ਹੈ ਜੀ ਇਸ ਰੈਸਟੋਰੈਂਟ ਦੀ, ਅਤੇ ਏਰੀਆ ਵੀ ਬਹੁਤ ਆ ਪਾਰਕਿੰਗ ਲਈ। ਨਹੀਂ ਬਲੂਟੂਥ ਕਨੈਕਟਡ ਹੁੰਦੇ ਆ, ਇੰਨੇ ਪੈਸੇ ਯਾਰ। ਆਹ ਤਾਂ ਲਿਖਿਆ ਬੀ ਟੀ ਨੇ, ਬੀ ਟੀ ਦਾ ਸਾਈਨ ਹੈਗਾ ਥਾ ਉੱਤੇ, ਹੈਗਾ ਬੀ ਟੀ, ਹਾਂ ਬੀ ਟੀ ਹੈਗਾ, ਤਾਂ ਹੀ ਤਾਂ ਉਹਨੇ ਉੱਪਰ ਰੱਖਿਆ, ਰੱਖ ਕੇ ਘੈਂਟ ਰੱਖਿਆ ਗੱਲਬਾਤ। ਐਂਟਰੈਂਸ ਕਰਦੇ ਹੀ ਆਪਾਂ ਆਹ ਵਾਲਾ ਸੋਫਾ ਦੇਖੋ ਕਿੰਨਾ ਸੋਹਣਾ, ਇੱਥੇ ਆਪਾਂ ਬਹਿ ਗਏ ਹਾਂ ਅਤੇ ਬਾਈ ਖਾਣੇ ਸਾਨੂੰ ਆਹ ਦੇਖਣਾ ਟਾਈਮਰ, ਕਹਿੰਦਾ ਇਹਨੂੰ 5 ਵਾਰੀ ਘੁਮਾਓ ਅਤੇ ਤੁਹਾਡਾ ਪੀਜ਼ਾ ਆ ਜਾਊਗਾ, ਪੀਜ਼ਾ ਨਾ ਆਇਆ ਤਾਂ ਫ੍ਰੀ। ਕਿਉਂ ਭਾਅ ਜੀ ਇੱਦਾਂ ਹੀ ਆ, ਲਓ ਵੀ ਟਾਈਮਰ ਚੱਲ ਪਿਆ ਹੌਲੀ ਹੌਲੀ। ਕਿੰਨੇ ਮਿੰਟ ਦਾ ਇਹ, 5 ਮਿੰਟ ਦਾ? 25 ਸਕਿੰਟ ਦਾ? ਫਿਰ ਗਲਤ ਕਹਿਤਾ ਅਸੀਂ, 10 ਕਰੀ ਕਰਨਾ ਪੈਣਾ। ਕੋਈ ਨਹੀਂ ਆਪਾਂ ਫੂਡ ਭਾਜੀ ਯਾਰ ਪ੍ਰੋਪਰ ਕੁੱਕ ਕਰਿਓ, ਟਾਈਮ ਲੱਗ ਜਾਏ ਕੋਈ ਚੱਕਰ ਨਹੀਂ, ਫੂਡ ਪੋਇਜ਼ਨਿੰਗ ਨਹੀਂ ਹੋਣੀ ਚਾਹੀਦੀ। ਕਿਉਂਕਿ ਜਦੋਂ ਅਸੀਂ ਰੈਸਟੋਰੈਂਟ ਜਾ ਕੇ ਕਹਿੰਦੇ ਹਾਂ ਨਾ ਕਿ 5 ਮਿੰਟ 'ਚ ਲਿਆ ਦਿਓ, ਜਿਹੜਾ ਰੈਸਟੋਰੈਂਟ 5 ਮਿੰਟ ਤੋਂ ਤੁਹਾਡੇ ਫੂਡ ਸਰਵ ਕਰੂਗਾ ਤਾਂ ਮਤਲਬ ਪਹਿਲਾਂ ਹੀ ਰੈਡੀ ਹੋਊਗਾ ਪਿੱਛੇ, ਉਹ ਕਿਤੇ ਨਾ ਕਿਤੇ ਤੁਹਾਡੀ ਬੋਡੀ 'ਤੇ ਇਫੈਕਟ ਕਰਦਾ। ਸੋ ਰੈਸਟੋਰੈਂਟ ਵਾਲਿਆਂ ਨੂੰ ਹਮੇਸ਼ਾ ਇੰਨੀ ਗੱਲ ਕਿਹਾ ਕਰੋ ਬਾਈ ਤਸੱਲੀ ਨਾਲ ਬਣਾਈ ਘੈਂਟ, ਅਤੇ ਟਾਈਮ ਲੱਗ ਜਾਵੇ ਕੋਈ ਚੱਕਰ ਨਹੀਂ। ਅਤੇ ਇੱਦਾਂ ਟਾਈਮਰ ਸਾਡਾ ਚੱਲ ਪਿਆ, ਅਤੇ ਆ ਜਾ ਬਹਿ ਦੁੱਖੀ ਹੋਏ। ਉਹ ਇੰਨੇ ਪੈਸੇ ਇੰਗਲੈਂਡ ਦਾ ਟ੍ਰਿਪ ਹੋਣਾਗਾ ਸ਼ੁਰੂ, ਡਿਪੌਂਡ ਆਪਾਂ ਲੈ ਲਏ ਆ ਤੇ ਬਣੇ ਰਹੇ ਐਂਡ ਤੱਕ ਵੀਡੀਓ ਦੇ। ਤੇ ਕੋਈ ਨੀ ਆਪਾਂ ਕਰਾਂਗੇ ਜਲਦੀ ਇੰਟਰਨੈਸ਼ਨਲ ਟ੍ਰਿਪ, ਤੇ ਸਾਨੂੰ ਇਹ ਮੇਰੇ ਭਰਾ ਸੁੱਖੀ ਨੇ ਸਪੋਂਸਰ ਕੀਤੀ ਹੋਣੀ, ਦੇਖੋ ਕਿੰਨੀ ਵੀਡੀਓ। ਸੁੱਖੀ ਥੈਂਕ ਯੂ ਯਾਰ, ਵੈਲਕਮ ਵੈਲਕਮ। ਇਹ ਜੀ ਟ੍ਰਿਪ ਸਪੋਂਸਰ ਕੀਤਾ ਮੈਨੂੰ ਸੁੱਖੀ ਨੇ ਇੰਗਲੈਂਡ ਦਾ, ਅਤੇ ਮੈਂ ਹੁਣ ਜਾ ਰਿਹਾ ਇੰਗਲੈਂਡ, ਅਤੇ ਆਉਣ ਵਾਲੇ ਬਲੌਗਾਂ 'ਚ ਆਪਾਂ ਤੁਹਾਨੂੰ ਇੰਗਲੈਂਡ ਦਿਖਾਵਾਂਗੇ ਜਲਦੀ। ਨੋਟ ਬੜੇ ਸੋਹਣੇ ਯਾਰ, ਦੇਖੋ ਮੈਂ ਉਹ ਦੇਦਾ ਹੀ ਨੋਟ ਦੇ ਕਿੰਨੇ ਵਧੀਆ। ਮੇਰਾ ਤਾਂ ਨਾ ਮੈਂ ਜੇਬ 'ਚ ਰੱਖੇ ਸੀਗੇ ਇਹਨੂੰ, ਆਹ ਉੱਤੇ ਰਬੜ ਪਾ ਕੇ ਮੈਂ ਸਿੱਧੇ ਹੀ ਵਿੱਚ ਪਾਏ ਸੀ, ਮੈਂ ਕਦੇ ਬੈਂਡ ਕਰਕੇ ਕਿਤੇ ਭੰਨ ਭੁੰਨ ਨਾ ਪੈ ਜਾਵੇ, ਕਿਉਂਕਿ ਬਾਅਦ ਜਾ ਕੇ ਖਰਚਣੇ ਵੀ। ਅਗਲੇ ਕਹਿ ਦੇਣਗੇ ਯਾਰ ਮੌਕੇ 'ਤੇ ਭਾਜੀ ਇਹ ਚੱਲਣੇ ਹੀ ਨਹੀਂ ਹੈ ਬੈਂਡ ਨੋਟ। ਨਾ ਨਾ ਉੱਥੇ ਮੋਦੀ ਹੈ ਨਹੀਂ, ਉੱਥੇ ਮੋਦੀ ਹੈ ਮੋਦੀ ਭਰਾ। ਮੈਂ ਇੱਕ ਰੀਲ ਪਾਈ ਸੀ ਆ ਪੰਪ ਦੀ ਇੱਥੇ, ਅਤੇ ਉਹ ਜਿੱਦਣ ਡੀਜ਼ਲ ਸਟ੍ਰਾਈਕ ਨਹੀਂ ਹੋਈ, ਟਰੱਕ ਸਟ੍ਰਾਈਕ ਹੋਈ ਜਿੱਦਣ, ਫਿਊਲ ਇਸ਼ੂ ਆਇਆ ਭਰਾਵਾ, ਬੜੀ ਲੋਕਾਂ ਨੇ ਪਸੰਦ ਕੀਤੀ ਜਿਹਨਾਂ ਭਰਾਵਾਂ ਨੇ। ਜੇ ਵੀਡੀਓ ਵਿੱਚੋਂ ਦੇਖਦੇ ਆ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ, ਥੈਂਕ ਯੂ, ਤੁਸੀਂ ਬਹੁਤ ਜ਼ਿਆਦਾ ਸਬਸਕ੍ਰਾਈਬ ਕੀਤਾ, ਬਹੁਤ ਵੀਡੀਓ ਵਾਇਰਲ ਹੋਈ ਉਹ, ਅਤੇ ਜਦੋਂ ਆਪਾਂ ਨੂੰ ਕੋਈ ਸਬਸਕ੍ਰਾਈਬਰ ਪਿਆਰ ਦਿੰਦਾ ਤਾਂ ਬਹੁਤ ਮਜ਼ਾ ਆਉਂਦਾ ਸੀ ਆਪਾਂ ਨੂੰ ਬਹੁਤ ਦਿੰਦੇ। ਅਤੇ ਆ ਜਾਓ ਹੁਣ ਬਾਈ ਉਹਨਾਂ ਦਾ ਰੈਸਟੋਰੈਂਟ ਤੁਹਾਨੂੰ ਦਿਖਾ ਦਿੱਤਾ, ਅਤੇ ਫੂਡ ਖਾ ਕੇ ਦੱਸਦੇ ਇਹਨਾਂ ਦੀ ਕਿਹੋ ਜਿਹੀ ਗੱਲਬਾਤ ਸੀਗੀ। ਜੇ ਵਧੀਆ ਲੱਗਾ ਤਾਂ ਮੈਂ ਤੁਹਾਨੂੰ ਜ਼ਰੂਰ ਰਿਕਮੈਂਡ ਕਰੂੰਗਾ, ਜੇ ਮਾੜਾ ਲੱਗਾ ਤਾਂ ਬਾਈ ਨੂੰ ਕਹਿ ਕੇ ਜਾਊਂਗਾ ਯਾਰ ਕਿ ਆਪਣੇ ਆਪ ਦੇ ਵਿੱਚ ਕੁਛ ਚੇਂਜ ਲਿਆਓ, ਅਤੇ ਵਧੀਆ ਗੱਲਬਾਤ ਆ ਵੈਸੇ ਨਾ, ਘੈਂਟ ਬੰਦੇ ਆ, ਜ਼ਰੂਰ ਵਿਜ਼ਿਟ ਕਰਿਓ ਤੁਸੀਂ। ਟੇਸਟ ਆਫ ਐਡਵੈਂਚਰ ਜਦੋਂ ਪੈਟਰੋਲ ਪੰਪ ਦੇ ਲੱਗ ਗਈ ਆ, ਇਹ ਵੱਡਾ ਜਿਹਾ ਬੋਰਡ ਲੱਗਾ ਚਿੱਟੇ ਰੰਗ ਦਾ, ਪਿਓਰ ਵੈੱਜ ਕੰਮ ਹੈ ਇਹਨਾਂ ਦਾ। ਇੱਧਰ ਹੈਗੀ ਉਹ ਜੀ ਸੁੱਕੀ ਜੀ ਦੀ ਗੱਲ ਕਹਿ ਰਿਹਾ, ਕਹਿੰਦਾ ਕਿ ਇੱਦਾਂ ਦਾ ਰੈਸਟੋਰੈਂਟ ਸਾਡੀ ਨਿਊਜ਼ੀਲੈਂਡ ਦੀ ਕਿਸੇ ਵੀ ਸਿਟੀ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ, ਉਹ ਵੀ ਇੰਡੀਅਨ ਰੈਸਟੋਰੈਂਟ ਜਿੱਦਾਂ ਕਹਿ ਲਓ ਵੈੱਜ ਫੂਡ ਹੋ ਗਿਆ ਜਾਂ ਇੰਡੀਅਨ ਫੂਡ, ਇੰਡੀਅਨ ਮੇਨ ਕੋਰਸ ਵਾਲੇ ਰੈਸਟੋਰੈਂਟ, ਇੰਨਾ ਸੋਹਣਾ ਡੈਕੋਰੇਸ਼ਨ ਵਾਲਾ ਰੈਸਟੋਰੈਂਟ ਹੁੰਦਾ ਹੀ ਨਹੀਂ। ਗੋਰੇ ਪਤਾ ਜ਼ਿਆਦਾਤਰ ਕੀ ਕਹਿੰਦੇ ਆ, ਕਹਿੰਦੇ ਕਿ ਜਿਹੜਾ ਇੰਡੀਅਨ ਰੈਸਟੋਰੈਂਟ ਹੁੰਦਾ ਉੱਥੇ ਕੀ ਕਰਦੇ ਆ, ਇੱਕ ਟੇਬਲ ਲਾ ਲੈਂਦੇ ਆ, ਮੂਹਰੇ 4-5 ਬੋਤਲਾਂ ਵਾਈਨ ਦੀਆਂ ਰੱਖ ਲੈਂਦੇ ਆ, ਕਾਊਂਟਰ ਹੁੰਦਾ ਆ, ਇੱਕ TV ਲਾ ਲੈਂਦੇ ਆ, 2-3 ਫੋਟੋਆਂ ਤਾਜ ਮਹਿਲ ਦੀਆਂ ਲਾ ਲਈਆਂ, ਹੋਰ ਮੂਰਤੀਆਂ ਲਾ ਲਈਆਂ, ਬਸ ਚਲੋ ਜੀ ਇੰਡੀਅਨ ਰੈਸਟੋਰੈਂਟ ਬਣ ਗਿਆ। ਵੈਸੇ ਇੰਡੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਰੈਸਟੋਰੈਂਟ ਬਿਜ਼ਨਸ ਚਲਾਉਣਾ ਬਹੁਤ ਔਖਾ। ਇਹ ਬਾਈ ਆ ਕੇ ਗੱਲ ਕਰਦਾ ਹੁੰਦਾ, ਇਹਨਾਂ ਦਾ ਕਾਫੀ ਵੱਡਾ ਪੈਕੇਜ ਆ, ਜਿਹੜੇ ਪਿੱਛੇ ਵਰਕਰ ਕੰਮ ਕਰਦੇ ਆ, 30-35 ਹਜ਼ਾਰ ਰੁਪਇਆ ਸ਼ੈਫ ਦੀ ਸੈਲਰੀ ਆ, 30-35 ਹਜ਼ਾਰ ਰੁਪਇਆ ਇੱਕ ਰੈਸਟੋਰੈਂਟ ਲਈ ਅਫੋਰਡੇਬਲ ਕਈ ਵਾਰੀ ਨਹੀਂ ਹੋ ਜਾਂਦਾ। ਜੇ ਬੰਦਾ ਸਟਰੋਂਗ ਆ ਤਾਂ ਹੀ ਰੈਸਟੋਰੈਂਟ ਚਲਾ ਸਕਦਾ, ਨਹੀਂ ਤਾਂ ਫਿਰ ਜਲਦੀ ਹਥਿਆਰ ਛੱਡ ਜਾਂਦੇ ਆ।
ਇਹ ਕਿਹੜਾ ਜੂਸ ਆ ਭਾਜੀ? ਮੌਕਟੇਲ ਆ। ਵਾਹ, ਮੈਂ ਕਿਹਾ ਕਿਹੜੇ ਜੂਸ ਆਇਆ ਉੱਪਰ ਤੁਹਾਨੂੰ? ਵਾਹ ਵੀ ਵਾਹ, ਪਿੱਛੇ ਦੇਖੋ ਜੀ ਬਲੂ ਕਲਰ ਦੀ ਲਾਈਨ ਕਿੰਨੀ ਸੋਹਣੀ ਲੱਗਦੀ ਅੱਜ। ਵਾਹ, ਥੈਂਕ ਯੂ ਭਾਜੀ। ਸੁੱਖੀ ਆਰਡਰ ਕੀਤਾ ਸੀ ਆਪਾਂ, ਇਹ ਕੰਪਲੀਮੈਂਟਰੀ ਦਿੱਤਾ। ਵਾਹ ਵੀ, ਥੈਂਕ ਯੂ। ਟੇਸਟ ਆਫ ਐਡਵੈਂਚਰ, ਸਾਨੂੰ ਮੌਕਟੇਲ ਦੇਖੋ ਕਿੰਨੇ ਸੋਹਣੇ ਬਣਾ ਕੇ ਦਿੱਤੇ ਬਾਈ ਉਹਨਾਂ ਨੇ। ਆਪਾਂ ਤਾਂ ਹੁਣ ਤੁਹਾਨੂੰ ਜ਼ਰੂਰ ਕਹਾਂਗੇ ਤੁਸੀਂ ਜ਼ਰੂਰ ਆਇਓ, ਅਤੇ ਬਾਕੀ ਫੂਡ ਆਪਾਂ ਖਾ ਕੇ ਦੇਖਦੇ ਹਾਂ ਕਿਉਂਕਿ ਉਹ ਆਇਆ ਨਹੀਂ ਹਾਲੇ। ਅਤੇ ਮੌਕਟੇਲ ਦੇ ਜਿਹੜੇ ਗਲਾਸ ਯਾਰ ਦੇਖੋ ਕਿੰਨੇ ਜ਼ਬਰਦਸਤ ਲੱਗੇ ਆ। ਘੈਂਟ ਗੱਲਬਾਤ ਆ ਸੁੱਖੀ। ਚੇਅਰਸ। ਚਲੋ ਜੀ, ਚੇਅਰਸ ਹੋ ਗਿਆ। ਵਾਹ ਬਈ ਵਾਹ, ਇੰਨਾ ਕੁ ਘੈਂਟ ਟੇਸਟ ਆ ਨਾ, ਪਤਾ ਨਹੀਂ ਕੀ ਪਾਇਆ। ਨਾਰੀਅਲ ਤਾਂ ਪਾਇਆ, ਨਾਰੀਅਲ ਪਾਇਆ, ਪਰ ਜੋ ਵੀ ਕੁਛ ਪਾਇਆ ਨਾ, ਗੱਲਬਾਤ ਐਂਡ ਆ ਬਈ। ਇਹਦਾ ਮਤਲਬ ਆਉਣ ਵਾਲਾ ਫੂਡ ਹੋਰ ਵੀ ਵਧੀਆ ਹੋਣਾ ਮੈਨੂੰ ਲੱਗਦਾ। ਆ ਗਿਆ ਸਾਡਾ ਪੀਜ਼ਾ। ਵਾਹ ਵਾਹ ਬਾਈ, ਦੇਖਣ ਨੂੰ ਤਾਂ ਬਾਹਲਾ ਹੀ ਘੈਂਟ ਲੱਗਦਾ ਯਾਰ ਇਹਦਾ। ਟੇਸਟ ਕਰੋ ਆਪ। ਓਕੇ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਕਈ ਸਾਡੀ ਹੁਣ ਗਾਰਲਿਕ ਬ੍ਰੈਡ, ਇੱਕ ਨੰਬਰ ਗੱਲਬਾਤ। ਤੁਸੀਂ ਕਿੱਦਾਂ ਲੱਗਾ? ਘੈਂਟ ਆ ਜੀ, ਬਹੁਤ ਘੈਂਟ ਫੂਡ ਆ ਇਹਨਾਂ ਦਾ। ਅਤੇ ਇਹ ਬਾਈ ਹੁਣੀ ਦੱਸਦੇ ਆ, ਜਿਹੜਾ ਅਸੀਂ ਬੇਸ ਯੂਜ਼ ਕਰਦੇ ਹਾਂ, ਇਹ ਡੋਮੀਨੋਜ਼ ਪੀਜ਼ਾ ਹੱਟ 'ਚ ਬੇਸ ਯੂਜ਼ ਹੁੰਦਾ ਇਹ। ਅਤੇ ਬੜੀ, ਯਾਨੀ ਕਿ ਤੁਸੀਂ ਖਾ ਕੇ ਇੱਦਾਂ ਲੱਗੂਗਾ, ਪਤਾ ਨਹੀਂ ਕਿੰਨੀ ਸੌਫਟ ਚੀਜ਼ ਖਾਂਦੇ ਪਏ ਤੁਸੀਂ। ਜੀ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਟੇਸਟ ਆਫ ਐਡਵੈਂਚਰ ਦਾ। ਫੂਡ ਕੁਆਲਿਟੀ ਅਮੇਜ਼ਿੰਗ, ਅਤੇ ਬਾਈ ਉਹਨਾਂ ਨੇ ਸਾਨੂੰ ਜਿਹੜੀ ਡਰਿੰਕ ਦਿੱਤੀ ਸੀਗੀ, ਕੀ ਨਾਂ ਸੀ ਉਹਦਾ? ਲਵ ਵਿਦ ਕੋਕੋ, ਔਰ ਅਲਟੀਮੇਟ ਸੀਗੇ। ਤੁਸੀਂ ਆਉਂਗੇ ਜ਼ਰੂਰ ਟਰਾਈ ਕਰਿਓ, ਮੈਨੂੰ 99% ਤੱਕ ਕਨਫਰਮ ਆ ਤੁਸੀਂ ਨਹੀਂ ਪੀਤੀ ਹੋਊਗੀ, ਕਿਉਂਕਿ ਮੈਂ ਵੀ ਪਹਿਲੀ ਵਾਰੀ ਪੀਤੀ, ਪਰ ਟੇਸਟ ਉਹਦਾ ਟੇਸਟ ਆਫ ਐਡਵੈਂਚਰ ਰਹਿ ਗਿਆ ਸੀਗਾ। ਜਿੱਦਾਂ ਹੀ ਸਾਡਾ ਟਾਈਮਰ ਖਤਮ ਹੋਇਆ, ਅਤੇ ਸਾਡਾ ਫੂਡ ਹੋ ਗਿਆ ਖਤਮ। ਚਲੋ ਭਾਅ ਜੀ, ਥੈਂਕ ਯੂ ਬਹੁਤ ਬਹੁਤ। ਭਾਅ ਜੀ ਹੁਣੀ ਬੜੀ ਵਾਰੀ ਦੁਕਾਨੇ ਆ ਕੇ ਲਾਭ ਤਾਂ ਪਾ ਗਏ ਸੀਗੇ ਕਿ ਤੁਸੀਂ ਆਉਂਦੇ ਨਹੀਂ, ਅੱਜ ਆਏ ਆ ਭਾਅ ਜੀ, ਤੁਸੀਂ ਬਹੁਤ ਮਾਣ ਕੀਤਾ, ਧੰਨਵਾਦ ਤੁਹਾਡਾ ਬਹੁਤ, ਥੈਂਕ ਯੂ। ਚਲੋ ਜੀ, ਮਿਲਦੇ ਹਾਂ ਕਿ ਮਿਲਦੇ ਹੋ ਬਾਅਦ 'ਚ। ਇਹ ਸੀਗਾ ਜੀ ਇਹਨਾਂ ਦਾ ਬਾਹਰ ਦਾ ਕੁਛ ਦ੍ਰਿਸ਼, ਅਤੇ ਤੁਸੀਂ ਦੇਖੋ ਕਿੰਨਾ ਘੈਂਟ ਆ, ਅਤੇ ਆਈ ਲਵ ਪੰਜਾਬ, ਅਤੇ ਜ਼ਰੂਰ ਆਇਓ ਤੁਸੀਂ ਇੱਥੇ। ਮੈਂ ਪਰਸਨਲੀ ਰਿਕਮੈਂਡ ਕਰਦਾ ਤੁਹਾਨੂੰ, ਬਹੁਤ ਘੈਂਟ ਸੀਗਾ। ਆਹ ਬੋਰਡ ਲੱਗਾ ਹੋਇਆ ਬਾਹਰ ਇਹਨਾਂ ਨੇ।